जी आर लाइव फाजिलका में आप सभी का स्वागत है। जी आर लाइव फाजिलका लेकर आया आपके लिए। फाजिलका जंगली जीव सुरक्षा विभाग पंजाब की तरफ से हरियाली स्कीम और तंदुरुस्त पंजाब के पौधों की मुफ्त सप्लाई की जा रही है। ये मुहिम फाजिलका एक घंटा घर पर चलाई गई, जिसमें कि खुशी फाउंडेशन की तरफ से पौधे बांटे गए जनता में और ठंडे मीठे जल की छबील लगाई गई। इसकी शुरुआत फाजिलका के विधायक नरेंद्र पाल सिंह सवना खुशी फाउंडेशन के फाउंडर खुशबू सावन सुखा द्वारा की गई। फाजिलका से कुछ वधवा बने रहे हमारे साथ, देखते रहे हमारा चैनल जी आर लाइव फाजिल का। हाँ जी, खुशी फाउंडेशन वालों आज शुरुआत की गई है ते फॉरेस्ट डिपार्टमेंट का साथ बहुत सहयोग रहा है ते आज असी एक टैगलाइन दी है जी, ग्रीन फाजिलका क्लीन फाजिलका, ते पूरे शहर नु असी बहुत हरा भरा बनावांगे ते साफ सफाई का पूरा ध्यान रखांगे। इन्ना भी जरूरी समझो अज दे मौसम दी गल करी उन्होंने दे मुताबिक एक उपराला जेड़ा कीता है बहुत जरूरी है जी। तुहानू पता जिवें कि पोल्यूशन किन्ना वध रहा है ते पशु पक्षी इंसान सब इस चीज का इस चीज तो ग्रस्त ने, बीमारियां फैल रही ने ते बहुत जरूरी है एक पौधा लाना ते कुदरत ने इतनी वधिया दात दित्ती है, आपां नू एक वरदान बख्शे है ते जरूरी है आपां नू उस वरदान नू ਨਹੀਂ ਅਸੀਂ ਨਾ ਕੰਟੈਕਟ ਰੱਖਾਂਗੇ, ਧਿਆਨ ਰੱਖਾਂਗੇ ਤੇ ਸਾਰੇ ਨੂੰ ਇਹ ਮੈਸੇਜ ਦੇ ਰਿਹਾ ਕਿ ਜਾ ਕੇ ਜੇ ਇੱਕ ਹੀ ਪੌਦਾ ਲਾਓ ਪਰ ਉਹਦੀ ਕੇਅਰ ਜ਼ਰੂਰ ਕਰੋ। ਸਾਡੇ ਫਾਊਂਡੇਸ਼ਨ ਵੱਲੋਂ ਲਗਭਗ 3 ਲੱਖ ਪੌਦੇ ਅਸੀਂ ਲਾਵਾਂਗੇ ਤੇ ਕੋਈ ਵੀ ਸੰਸਥਾ ਨੂੰ ਵੀ ਲੋੜ ਹੈ ਤੇ ਸਾਡੇ ਤੋਂ ਸੰਪਰਕ ਕਰ ਸਕਦੇ, ਸਾਡਾ ਹੈਲਪਲਾਈਨ ਨੰਬਰ ਵੀ ਹੈ ਤੇ ਸਾਡੇ ਆਫਿਸ ਤੋਂ ਵੀ ਤੁਸੀਂ ਲੈ ਸਕਦੇ ਹੋ। ਸੰਸਥਾਵਾਂ ਨੂੰ ਨਾਲ ਲੈ ਕੇ ਚੱਲਾਂਗੇ, ਕੋਈ ਸਕੂਲ ਹੈ ਕੋਈ ਬੈਂਕ ਹੈ ਕਿਸੇ ਨੂੰ ਵੀ ਜ਼ਰੂਰਤ ਹੈ ਆਪਦੇ ਤੇ ਸਾਨੂੰ ਸੰਪਰਕ ਕਰ ਸਕਦੇ ਨੇ ਤੇ ਅਸੀਂ ਆਪਦਾ ਜਿੰਨਾ ਟਾਰਗੇਟ ਹੈ ਉਹ ਪੂਰਾ ਕਰਾਂਗੇ। ਤੁਹਾਡੀ ਸੋਸਾਇਟੀ ਵੱਲੋਂ ਪਿੰਡਾਂ ਦੇ ਵਿੱਚ ਪਹੁੰਚ ਕੀਤੀ ਗਈ ਹੈ, ਕਿਸੇ ਤਰ੍ਹਾਂ ਦੀ ਤਾਲਮੇਲ ਕੀਤੀ ਗਈ ਹੈ ਕਿ ਬੂਟੇ ਪਹੁੰਚ ਕੀਤੇ ਜਾਣ? ਬਿਲਕੁਲ, ਅਸੀਂ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਤੇ ਆਫਿਸ ਵੀ ਸਾਡੇ ਬੈਠੇ ਨੇ ਤੇ ਉਹ ਸੰਪਰਕ ਕਰਦੇ ਨੇ, ਆਧਾਰ ਕਾਰਡ ਲੈ ਕੇ ਉਹ ਬੂਟੇ ਲੈ ਕੇ ਜਾ ਸਕਦੇ। ਫਾਊਂਡੇਸ਼ਨ ਦੀ ਸਥਾਪਨਾ ਤੋਂ ਬਾਅਦ ਜਿਹੜਾ ਇਹ ਪਰਿਆਵਰਣ ਦੀ ਦਿਸ਼ਾ ਵਿੱਚ ਕਦਮ ਉਠਾਇਆ ਗਿਆ, ਪਹਿਲਾ ਪ੍ਰਯਾਸ ਹੈ ਕਿ ਪੌਦੇ ਲਗਾਉਣ ਦਾ ਕੰਮ ਪਹਿਲਾਂ ਕੀਤਾ ਜਾਵੇ? ਨਹੀਂ, ਇਹ ਸਾਡਾ ਪਰਿਆਵਰਣ ਦਾ এনवायरमेंट ਦਾ ਪਹਿਲਾ ਪ੍ਰਯਾਸ ਹੈ ਕਿਉਂਕਿ ਮੇਰਾ ਇੱਕ ਸੁਪਨਾ ਹੈ ਫਾਜ਼ਿਲਕਾ ਨੂੰ ਬਹੁਤ ਸੋਹਣਾ ਬਣਾਉਣਾ, ਖੁਸ਼ਹਾਲ ਬਣਾਉਣਾ। ਮੈਂ ਹਮੇਸ਼ਾ ਆਪ ਦੀ ਗੱਲ ਤੇ ਹੀ ਕਹਿੰਦੀ ਆ ਕਿ ਬਹੁਤ ਸੋਹਣਾ ਕਿਵੇਂ ਬਣਾਵਾਂਗੇ, ਸਾਰੇ ਰਲ ਮਿਲ ਕੇ ਬਣਾਵਾਂਗੇ ਤੇ ਮੈਂ ਇਹੀ ਅਪੀਲ ਕਰਦੀ ਆ ਸਾਰਿਆਂ ਨੂੰ ਕਿ ਅੱਗੇ ਆਓ, ਸਾਡਾ ਸਾਥ ਦਿਓ ਤੇ ਆਪਾਂ ਫਾਜ਼ਿਲਕਾ ਨੂੰ ਹੋਰ ਤਰੱਕੀਆਂ ਤੇ ਲੈ ਕੇ ਜਾਈਏ। ਜੀ ਐਮਐਲਏ ਸਾਹਿਬ, ਜੀ ਵਿਧਾਇਕ ਸਾਹਿਬ, ਕੀ ਕਹਿਣਾ ਚਾਹੁੰਦੇ ਹੋ? ਅੱਜ ਜੋ ਪੰਜਾਬ ਸਰਕਾਰ ਵੱਲੋਂ ਜੋ ਪੰਜਾਬ ਨੂੰ ਹਰਾ ਭਰਾ ਬਣਾਉਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਉਸੇ ਤਹਿਤ ਅੱਜ ਖੁਸ਼ੀ ਫਾਊਂਡੇਸ਼ਨ ਵੱਲੋਂ ਬੂਟਿਆਂ ਦਾ ਲੰਗਰ ਲਗਾਇਆ ਗਿਆ ਔਰ ਜਿਸ ਨਾਲ ਮੈਂ ਆਪ ਜੰਗਲਾਤ ਵਿਭਾਗ ਔਰ ਨਰੇਗਾ ਡਿਪਾਰਟਮੈਂਟ ਦੇ ਨਾਲ ਤਾਲਮੇਲ ਕਰਕੇ ਅਸੀਂ ਹਲਕਾ ਫਾਜ਼ਿਲਕਾ ਦੇ ਵਿੱਚ ਲਗਭਗ 3 ਲੱਖ ਤੋਂ ਜ਼ਿਆਦਾ ਫਾਜ਼ਿਲਕਾ ਸ਼ਹਿਰ ਔਰ ਪਿੰਡਾਂ ਦੇ ਵਿੱਚ ਬੂਟੇ ਅਸੀਂ ਅਗਲੇ ਆਉਣ ਵਾਲੇ 2 ਮਹੀਨਿਆਂ ਦੇ ਵਿੱਚ ਲਗਾਉਣੇ ਨੇ ਔਰ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ, ਸਾਡੇ ਸਾਰਾ ਪੱਤਰਕਾਰ ਭਾਈਚਾਰਾ ਔਰ ਜਿਹੜੀਆਂ ਸਾਡੇ ਵਿਦਿਅਕ ਅਦਾਰੇ ਨੇ ਜਾਂ ਕੋਈ ਜਿਹੜੇ ਵੀ ਲੋਕ ਕਿਸੇ ਵੀ ਅਦਾਰੇ ਨਾਲ ਜੁੜੇ ਹੋਏ ਨੇ ਜਾਂ ਆਮ ਲੋਕ ਨੇ, ਉਹਨਾਂ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਤਕਰੀਬਨ 3 ਲੱਖ ਤੋਂ ਵੱਧ ਬੂਟਾ ਜਿਹੜਾ ਫਾਜ਼ਿਲਕਾ ਦੇ ਵਿੱਚ ਲਗਾਉਣ ਜਾ ਰਹੇ ਹਾਂ ਔਰ ਮੈਂ ਫਾਜ਼ਿਲਕਾ ਵਾਸੀਆਂ ਨੂੰ ਬੇਨਤੀ ਕਰਾਂਗਾ, ਆਪਾਂ ਫਾਜ਼ਿਲਕਾ ਨੂੰ ਹਰਾ ਭਰਾ ਬਣਾਉਣ ਲਈ ਅੱਗੇ ਆਈਏ, ਆਪਾਂ ਇੱਕ ਰੁੱਖ ਜਿਹੜਾ ਜ਼ਰੂਰ ਲਗਾਈਏ ਔਰ ਫਾਜ਼ਿਲਕਾ ਦੇ ਵਿੱਚ ਜੇ ਕਿਸੇ ਨੂੰ ਬੂਟਿਆਂ ਦੀ ਜ਼ਰੂਰਤ ਹੈ ਤਾਂ ਸਾਡੇ ਦਫ਼ਤਰ ਆ ਕੇ ਮਿਲ ਸਕਦਾ ਹੈ, ਬਿਲਕੁਲ ਮੁਫ਼ਤ ਬੂਟੇ ਜਿਹੜੇ ਦਿੱਤੇ ਜਾਣਗੇ, ਜਿੰਨੇ ਵੀ ਕੋਈ ਬੂਟੇ ਲੈਣਾ ਚਾਹੁੰਦਾ ਹੈ ਬਿਲਕੁਲ ਮੁਫ਼ਤ ਸਾਡੇ ਵੱਲੋਂ ਬੂਟਿਆਂ ਦੀ ਜਿਹੜੀ ਹੈ ਉਹਨਾਂ ਨੂੰ ਉਪਲਬਧਤਾ ਕਰਵਾਈ ਜਾਊਗੀ ਔਰ ਮੈਂ ਹੋਰ ਸਾਰੇ ਜਿੰਨੇ ਵੀ ਫਾਜ਼ਿਲਕਾ ਵਾਸੀ ਨੇ ਹਲਕਾ ਵਾਸੀ ਨੇ
ਸਾਰਿਆਂ ਨੂੰ ਕਹਿੰਦਾ ਕਿ ਅੱਗੇ ਆਓ, ਆਪਾਂ ਫਾਜ਼ਿਲਕਾ ਨੂੰ ਹਰਾ ਭਰਾ ਬਣਾਉਣ ਵਿੱਚ ਆਪਦਾ ਯੋਗਦਾਨ ਪਾਈਏ। ਔਰ ਇਸ ਦੇ ਨਾਲ ਨਾਲ ਜੋ ਮੈਂ ਪਿੱਛੇ ਕਿਤਾਬਾਂ ਦੇ ਵਿੱਚ ਪੜ੍ਹ ਰਿਹਾ ਸੀ ਤਾਂ ਇੱਕ ਇਨਸਾਨ ਨੂੰ ਘੱਟੋ ਘੱਟ 6 ਤੋਂ ਲੈ ਕੇ 7 ਜਿਹੜੇ ਰੁੱਖ, ਜਿਹੜਾ ਸਾਫ਼ ਹਵਾ ਚਾਹੀਦੀ ਹੈ ਤਾਂ 6 ਤੋਂ ਲੈ ਕੇ 7 ਰੁੱਖ ਜ਼ਰੂਰੀ ਨੇ ਇੱਕ ਲਾਈਫ ਦੇ ਵਿੱਚ, ਜਿਹੜੇ ਇੱਕ ਇਨਸਾਨ ਨੂੰ। ਤਾਂ ਮੈਂ ਆਪਣੇ ਫਾਜ਼ਿਲਕਾ ਦੇ ਵਿੱਚ ਹੀ ਗੱਲ ਕਰ ਲਈਏ, ਲਗਭਗ 80,000 ਤੋਂ ਵੱਧ ਦੀ ਆਬਾਦੀ ਵਾਲਾ ਆਪਣਾ ਫਾਜ਼ਿਲਕਾ ਸ਼ਹਿਰ ਹੀ ਹੈ। ਤਾਂ ਇੱਥੇ ਵੀ ਤੁਸੀਂ ਆਸ ਪਾਸ ਦੇਖ ਲਓ ਕੋਈ ਇੰਨੇ ਜਿਹਦਾ ਜ਼ਿਆਦਾ ਜਿਹੜੇ ਰੁੱਖ ਨਹੀਂ ਵੇਖਣ ਨੂੰ ਮਿਲਦੇ। ਤਾਂ ਇੱਕ ਇਨਸਾਨ ਜੇ 6-7 ਰੁੱਖ ਜ਼ਰੂਰੀ ਨੇ ਤਾਂ 80,000 ਦੀ ਆਬਾਦੀ ਵਾਲੇ ਸ਼ਹਿਰ ਦੇ ਵਿੱਚ ਵੇਖੋ ਕਿੰਨੇ ਰੁੱਖ ਜਿਹੜੇ ਆਪਾਂ ਨੂੰ ਚਾਹੀਦੇ ਨੇ, ਜਿਸ ਨਾਲ ਲੋਕਾਂ ਨੂੰ ਬਿਮਾਰੀਆਂ ਤੋਂ ਦੂਰ ਰੱਖਿਆ ਜਾ ਸਕੇ ਔਰ ਸਾਫ਼ ਹਵਾ ਜਿਹੜੀ ਹੈ, ਸਾਫ਼ ਆਕਸੀਜਨ ਲੋਕਾਂ ਨੂੰ ਦਿੱਤੀ ਜਾ ਸਕੇ। ਉਹ ਜਿਹੜਾ ਉਪਰਾਲਾ ਜਿਹੜਾ ਅੱਜ ਅਸੀਂ ਫਾਜ਼ਿਲਕਾ ਹਲਕੇ ਦੇ ਵਿੱਚ ਜਿਹੜੀ ਸ਼ੁਰੂਆਤ ਕਰਵਾਉਣ ਜਾ ਰਹੇ ਹਾਂ, ਔਰ ਮੈਂ ਧੰਨਵਾਦ ਕਰਦਾ ਸਾਡੇ ਖੁਸ਼ੀ ਫਾਊਂਡੇਸ਼ਨ ਜਿਨ੍ਹਾਂ ਨੇ ਅੱਜ ਇੱਥੇ ਬੂਟਿਆਂ ਦਾ ਲੰਗਰ ਲਗਾ ਕੇ ਇਸ ਦੀ ਸ਼ੁਰੂਆਤ ਕੀਤੀ ਹੈ। ਨਾਲ ਹੀ ਸ਼ਬੀਲ ਜਿਹੜਾ ਠੰਡੇ ਮਿੱਠੇ ਜਲ ਦਾ ਜਿਹੜਾ ਇਹਨਾਂ ਨੇ ਇੱਥੇ ਜਿਹੜਾ ਇੱਥੇ ਵੰਡਰ ਸ਼ਬੀਲ ਲਗਾ ਕੇ ਲੋਕਾਂ ਨੂੰ ਪਾਣੀ ਪਿਆ ਰਹੇ ਨੇ ਔਰ ਬੂਟਿਆਂ ਦਾ ਲੰਗਰ ਵੰਡ ਰਹੇ ਨੇ। ਔਰ ਸਾਡਾ ਨਾਲ ਜੰਗਲਾਤ ਵਿਭਾਗ ਹੈ, ਨਰੇਗਾ ਡਿਪਾਰਟਮੈਂਟ ਹੈ, ਇਹ ਸਾਰੀ ਜਿਹੜੀ ਇਹਨਾਂ ਦੀ ਟੀਮ ਹੈ, ਇਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ। ਮੈਂ ਸਾਰੇ ਇਹਨਾਂ ਸਾਡੇ ਸੁਖਦੇਵ ਜੀ ਨੇ ਇਹਨਾਂ ਦੀ ਸਾਰੀ ਟੀਮ ਦਾ ਵੀ ਧੰਨਵਾਦ ਕਰਦਾ ਜਿਹੜਾ ਇਹ ਮੁਹਿੰਮ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ। ਦੇਖੋ ਮੈਂ ਤੁਹਾਨੂੰ ਦੱਸਿਆ ਹੀ ਹੈ, ਜਿਵੇਂ ਸਮਾਜ ਸੇਵੀ ਸੰਸਥਾਵਾਂ ਨੇ, ਸਾਡੇ ਪੱਤਰਕਾਰ ਭਾਈਚਾਰਾ, ਸਾਡੇ ਜਿਹੜੇ ਵਿਦਿਅਕ ਅਦਾਰੇ ਨੇ, ਕੋਈ ਵੀ ਅਦਾਰੇ ਨੇ ਜਿਨ੍ਹਾਂ ਨਾਲ ਲੋਕ ਜੁੜੇ ਹੋਏ ਨੇ ਜਾਂ ਆਮ ਲੋਕ ਨੇ, ਉਹਨਾਂ ਸਾਰਿਆਂ ਦੇ ਸਹਿਯੋਗ ਨਾਲ ਇੱਕ ਟੀਮ ਬਣਾ ਕੇ ਸਾਰੀਆਂ ਜਿਹੜੀਆਂ ਮੀਟਿੰਗਾਂ ਪਹਿਲਾਂ ਵੀ ਹੋ ਚੁੱਕੀਆਂ, ਅੱਗੇ ਵੀ ਅਸੀਂ ਕਰਨ ਜਾ ਰਹੇ ਹਾਂ। ਔਰ 2 ਮਹੀਨਿਆਂ ਦੇ ਵਿੱਚ ਜਿਹੜਾ ਸਾਡਾ ਟਾਰਗੇਟ ਹੈ 3,00,000 ਰੁੱਖ ਲਗਾਉਣੇ ਨੇ ਔਰ ਉਹਨਾਂ ਦੀ ਸਾਂਭ ਸੰਭਾਲ ਜਿਹੜੇ ਰੁੱਖ ਲਗਾਉਣਗੇ ਉਹਨਾਂ ਦੀ ਇਹ ਡਿਊਟੀ ਲਗਾਈ ਜਾਊਗੀ।